ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ, ਆਵਾਜ਼ ਤੁਹਾਡੀ, ਕਲਮ ਸਾਡੀ। ਲੁਧਿਆਣਾ ਦੇ ਵਿੱਚ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਲੜਕੀ ਲੁਧਿਆਣਾ ਰੇਲਵੇ ਸਟੇਸ਼ਨ 'ਤੇ RPF ਮੁਲਾਜ਼ਮ ਦੀ ਕੁੱਟਮਾਰ ਕਰ ਰਹੀ ਹੈ। ਤੁਸੀਂ ਆਪਣੀ ਸਕਰੀਨ 'ਤੇ ਆਪ ਵੀ ਦੇਖ ਸਕਦੇ ਹੋ ਕਿ ਕਿਵੇਂ ਇੱਕ ਨਾਬਾਲਗ ਲੜਕੀ ਇੱਕ ਤੋਂ ਬਾਅਦ ਇੱਕ RPF ਕਰਮਚਾਰੀ ਦੇ ਚਿਹਰੇ ਅਤੇ ਸਿਰ 'ਤੇ ਚੱਪਲਾਂ ਦੀ ਵਰਖਾ ਕਰ ਰਹੀ ਹੈ ਅਤੇ ਉਸ ਨਾਲ ਕੁਛ ਲੋਕ ਵੀ ਮੁਲਾਜ਼ਮ ਨਾਲ ਕੁੱਟਮਾਰ ਕਰ ਰਹੇ ਨੇ ਅਤੇ ਇਸ ਦੇ ਨਾਲ ਹੀ ਉਹ ਰੇਲਵੇ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਰੇਲਵੇ ਸਟੇਸ਼ਨ ਦੇ ਮੁੱਖ ਗੇਟ 'ਤੇ ਇੱਕ 15 ਤੋਂ 16 ਸਾਲ ਦੀ ਲੜਕੀ ਨੇ ਇੱਕ RPF ਮੁਲਾਜ਼ਮ ਨੂੰ ਇਸ ਲਈ ਕੁੱਟਿਆ ਕਿਉਂਕਿ ਉਹ ਨਸ਼ੇ ਦੀ ਹਾਲਤ ਵਿੱਚ ਉਸ ਨਾਲ ਛੇੜਛਾੜ ਕਰ ਰਿਹਾ ਸੀ। ਸਭ ਤੋਂ ਪਹਿਲਾਂ ਦੇਖੋ ਕੁੜੀ ਵੱਲੋਂ ਮੁਲਾਜ਼ਮ ਦੀ ਕੀਤੀ ਜਾ ਰਹੀ ਕੁੱਟਮਾਰ। ਜਦੋਂ ਇਸ ਵਾਇਰਲ ਵੀਡੀਓ ਬਾਰੇ ਲੁਧਿਆਣਾ ਰੇਲਵੇ ਸਟੇਸ਼ਨ ਦੀ GRP ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਅਨੁਸਾਰ ਇਹ ਘਟਨਾ ਬੁੱਧਵਾਰ ਦੇਰ ਸ਼ਾਮ ਦੀ ਹੈ। ਰੇਲਵੇ ਸਟੇਸ਼ਨ ਦੇ ਬਾਹਰ ਮੁਲਾਜ਼ਮ ਨਾਲ ਕੁੱਟਮਾਰ ਕਰ ਰਹੀ 15 ਤੋਂ 16 ਸਾਲ ਦੀ ਲੜਕੀ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ RPF ਕਰਮਚਾਰੀਆਂ ਨੇ ਉਸਨੂੰ ਉੱਥੋਂ ਘਰ ਜਾਣ ਲਈ ਕਿਹਾ ਤਾਂ ਉਸਨੇ ਉਸ ਨਾਲ ਕੁੱਟਮਾਰ ਕੀਤੀ। ਮੁੱਢਲੀ ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਲੜਕੀ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਉਹ ਅਕਸਰ ਹੀ ਘਰੋਂ ਭੱਜ ਕੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਆ ਜਾਂਦੀ ਸੀ। ਕੋਈ ਲੜਕੀ ਜੋ ਦਿਮਾਗੀ ਤੌਰ 'ਤੇ ਥੋੜ੍ਹੀ ਪਰੇਸ਼ਾਨ ਹੈ, ਉਹ ਆਪਣੀ ਦਿਮਾਗੀ ਪਰੇਸ਼ਾਨੀ ਕੇ ਕਾਰਨ ਆਪਣੇ ਘਰ 'ਤੇ ਆ ਗਈ ਥੀ, ਆਪਣਾ ਹੋਸ਼ ਵਾਸ ਖੋ ਕੇ ਉਹ ਆ ਗਈ ਥੀ। ਉਹ ਰੇਲਵੇ ਸਟੇਸ਼ਨ 'ਤੇ ਰਾਤ ਆਈ ਥੀ ਤੋ ਉਸ ਉਹ ਜੋ ਆਪਣੀ ਦਿਮਾਗੀ ਪਰੇਸ਼ਾਨੀਓ ਕੇ ਕਾਰਨ ਹੀ ਕਿਸੀ ਸੇ ਕੁਛ ਉਸਕੀ ਬਹਿਸ ਹੋ ਗਈ ਥੀ, ਜੋ ਪਬਲਿਕ ਉਸਕੋ ਲੈ ਕੇ ਯਹਾਂ ਥਾਣੇ ਆ ਗਈ ਥੀ, ਜਿਸਕੇ ਬਾਰੇ ਮੇਂ ਹਮਨੇ ਜਾਂਚ ਪੜਤਾਲ ਕੀ ਤੋ ਪਬਲਿਕ ਨੇ ਬਤਾਇਆ ਕਿ ਇੱਕ RPF ਕੇ ਜਵਾਨ ਨੇ ਉਸਕੋ ਕੁਛ ਕਹਿ ਦਿਆ, ਲੇਕਿਨ ਅਬ ਉਹ ਲੜਕੀ ਬਿਲਕੁਲ ਹੋਸ਼ ਵਾਸ ਮੇਂ ਥੀ। ਮੈਨੇ ਉਸੇ ਸਾਰੀ ਉਸਕੇ ਪਿਤਾ ਜੀ ਕੇ ਸਾਹਮਣੇ ਪੁੱਛਤਾਛ ਕੀ ਹੈ, ਉਸਨੇ ਕਿਹਾ ਕਿ ਮੈਂ ਅਬ ਬਿਲਕੁਲ ਠੀਕ ਹੂੰ, ਉਸ ਵਕਤ ਮੇਰੇ ਕੋਈ ਪਤਾ ਨਹੀਂ ਕਿਉਂਕਿ ਮੈਂ ਦਿਮਾਗੀ ਤੌਰ 'ਤੇ ਪਰੇਸ਼ਾਨ ਥੀ। ਅਗਰ ਫਿਰ ਵੀ ਇਸਕੇ ਐਕਸਟਰਾ ਕੋਈ ਸੱਚਾਈ ਹਮਾਰੇ ਸਾਹਮਣੇ ਆਏਗੀ, ਹਮ ਦੋਸ਼ੀ ਕੇ ਕਸੂਰਵਾਰ ਕੇ ਖਿਲਾਫ ਬਿਲਕੁਲ ਕਾਰਵਾਈ ਕਰਾਂਗੇ। ਹਮਾਰੇ ਪਾਸ ਇਸਕੇ ਸੰਬੰਧ ਮੇਂ ਲਿਖਤੀ ਕੋਈ ਕੰਪਲੇਂਟ ਨਹੀਂ ਹੈ। ਹਾਂ, ਹਮ ਆਪਣੇ ਤੌਰ 'ਤੇ ਤਸਦੀਕ ਕਰ ਰਹੇ ਹਾਂ ਵੀ ਕਿਸੇ ਕੇ ਸਾਥ ਕੋਈ ਨਜਾਇਜ਼ ਕੰਮ ਨਾ ਹੋ। ਅਗਰ ਫਿਰ ਵੀ ਕੋਈ ਵੀ ਕਿਸੇ ਕੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੇ ਸੇ ਕੋਈ ਗਰੇਜ਼ ਨਹੀਂ ਕਰਾਂਗੇ। ਲੜਕੀ ਹੱਥੋਂ ਕੁੱਟਖਾਣ ਵਾਲੇ ਕਰਮਚਾਰੀ ਨਾਲ ਜਦੋਂ ਗੱਲ ਕਰਨੀ ਚਾਹੀ ਤਾਂ ਉਸਨੇ ਮੀਡੀਆ ਦੇ ਸਾਹਮਣੇ ਕੁਛ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਇਹ ਵੀਡੀਓ ਲੁਧਿਆਣਾ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਿਊਰੋ ਰਿਪੋਰਟ, ਵਾਇਸ ਆਫ ਪੰਜਾਬ, ਲੁਧਿਆਣਾ। ਵਾਇਸ ਆਫ ਪੰਜਾਬ ਨੂੰ ਜਲੰਧਰ ਤੋਂ ਪੱਤਰਕਾਰਾਂ ਦੀ ਲੋੜ ਹੈ। ਪੱਤਰਕਾਰ ਬਣਨ ਦੇ ਇੱਛੁਕ ਵਿਦਿਆਰਥੀ ਸੰਪਰਕ ਕਰਨ 98146004041, 98788070।